इस प्यारी बिल्ली तो बाद ना तुहानू एक प्यारी जी बच्ची दिखाई देगी। तो उही गल साबित करनी अज जो मैं काफ़ी समय तो कहता आ रहा कि जेडे पालतू जानवर होंगे ना ये तुहानू डिप्रैशन तो बचा के रखते ये तुहानू मोह मुहब्बत करना सिखाते। बच्ची दियां गल्लां तुहानू बड़ा कुछ सिखा जाणगियां जो तुसी बड़े बड़े अनुभवों जो नहीं सीख सके बड़े बड़े बुद्धिजीवियों तो नहीं सीख सके वो गल्लां अज सीखोगे तुसी। सत श्री अकाल भी सारिआं नूं। अज ना साडे कोले प्यारी जी बच्ची आ ते इहदे शौक भी बहुत प्यारे प्यारे शौक आ। तां तुसी देख रहे हो ना बिल्लियां रखियां लाजवाब घैंट घैंट बिल्लियां जसतिंदर कौर गिल ना वा ते कह लो कि शौक इहदे लाजवाब आ। ते आ देखो खूबसूरत बिल्लियां मतलब जिहड़े बच्चे दे नंबर घट आउंदे फिर उन्हां बिल्लियां रखा दी गईआं नंबर घटन कई बच्चे ना बहुत गलत कदम चक लेंदे टेंशन ले लेंदे कोई फायदा नहीं घरदिआं नाल लड़ पैंदे कई भी कुछ करदे पता ही आ ते पत आ शौक तेरा बड़ा वधिया गल लगी मैनूं वी जे कोई टेंशन पैंदी आ ते इहदा मन हौला हो जांदा। टेंशन पाउंदा कोई फायदा नहीं का मन ते अच्छा प्रेशर आउंदा रहंदा कोई तां डिप्रेशन दा शिकार हो जांदा जी बाला ही पा लैंदा तू वक्त बोझ बिल्कुल बाला। पता उम्र किन्नी आ तेरी एज किन्नी 13 ईयर ओल्ड आ मैं ते 13 सालां दी बच्ची आ ते सोच बहुत वधिया यार हैना ते अजकल दुनिया सारी डिप्रेशन च तुरी फिरदी आ हैना। पत फिर नां की है इहदा आ बिल्लियां दा? इहदा नां जी हैगा नूरा। नूरा ਤੇਰੀਆਂ पानी पाउणा ही पाउणा ते दुध भी ते फिर जिवें अपना हुंदा सी अग्गे दुध रख्या हुंदा सी घरे ओह पी जांदियां फिर आपे चोरी कि नहीं पींदियां आ तां सियाणियां इहदियां सियाणियां बिल्लियां ਠੀਕ ਆ ਤੇ ਬਹੁਤ ਪਿਆਰੀਆਂ ਪੁੱਤ ਫਿਰ ਸ਼ੌਂਕ ਕਿਵੇਂ ਪਿਆ ਤੈਨੂੰ ਜਦੋਂ ਜੀ ਮੈਂ ਜੰਮੀ ਸੀ ਅੱਛਾ ਤੇ ਮੇਰਾ ਬਰਥਡੇ ਸੀਗਾ ਅੱਛਾ ਤੇ ਚਾਚੀ ਜੀ ਨੇ ਮੈਨੂੰ ਇਹ ਦੇਖਿਆ ਲਿਆ ਕਿ ਦਿੱਤੀਆਂ ਕੈਟਸ ਮਤਲਬ ਇੱਕ ਡੋਲੀ ਸੀ ਉਹਦਾ ਨਾ ਅੱਛਾ ਤੇ ਉਹਦੇ ਨਾਲ ਮੈਨੂੰ ਮੈਂ ਖੇਡਣ ਲੱਗ ਗਈ ਮੇਰਾ ਸ਼ੌਂਕ ਵੱਧਿਆ ਗਿਆ ਫਿਰ ਮੈਨੂੰ ਹੋਰ ਜਾਨਵਰਾਂ ਬਾਰੇ ਜਾਣਕਾਰੀ ਮਿਲਦੀ ਰਹੀ ਤੇ ਮੇਰਾ ਹੋਰ ਸ਼ੌਂਕ ਵੱਧ ਗਿਆ। ਹਾਂ ਫਿਰ ਪੰਛੀਆਂ ਪਰਿੰਦਿਆਂ ਨਾਲ ਤੁਹਾਡੇ ਮੈਂ ਦੇਖਿਆ ਘਰੇ ਬਾਲੇ ਪੰਛੀ ਰੱਖੇ ਆ ਹਨਾ ਹਾਂਜੀ ਤੇ ਫਿਰ ਕੇਅਰ ਉਹਨਾਂ ਦੀ ਤੁਸੀਂ ਵੀ ਕਰਦੇ ਹੋ? ਹਾਂਜੀ ਕਈ ਵਾਰ ਪਾਣੀ ਪਾ ਦਈਦਾ ਅੱਛਾ ਜਿਵੇਂ ਮਤਲਬ ਗੋਟਸ ਆ ਮਾਊਂਟੇਨ ਗੋਟਸ ਰੱਖੀਆਂ ਉਹਨਾਂ ਨੂੰ ਵੀ ਪੱਤੇ ਪਾ ਦਈਦੇ ਆ ਲੀਵਸ ਠੀਕ ਆ ਤੇ ਉਹ ਬਹੁਤ ਪਿਆਰ ਕਰਦੀ ਉਹ ਵੀ ਆ ਜਾਂਦੀਆਂ ਕੋਲੇ ਠੀਕ ਆ ਤੇ ਜਿਵੇਂ ਫਿਰ ਸਕੂਲ ਤੁਸੀਂ ਜਾਂਦੇ ਹੋ ਉੱਥੇ ਤੁਹਾਡੇ ਟੀਚਰ ਵੀ ਪੁੱਛਦੇ ਹੋਣਗੇ ਵੀ ਤੁਹਾਡੇ ਨੇ ਪੰਛੀ ਰੱਖੇ ਆ ਜਾਂ ਕੋਈ ਉਦਾਂ ਦਾ ਚੈਪਟਰ ਤੁਹਾਡੇ ਸਿਲੇਬਸ ਚ ਆ ਜਾਂਦਾ ਹੋਊਗਾ ਪੰਛੀਆਂ ਵਾਲਾ ਕੋਈ ਹਨਾ ਤੁਸੀਂ ਫਿਰ ਹੱਥ ਤੁਹਾਡਾ ਤਾਂ ਹੀ ਹੁੰਦਾ ਹੋਊਗਾ ਹਨਾ? ਨਹੀਂ ਮੈਂ ਨਹੀਂ ਦੱਸਦੀ ਜਦੋਂ ਕਲਾਸ ਲੱਗ ਰਹੀ ਹੁੰਦੀ ਆ ਅੱਛਾ ਤੇ ਉੱਥੇ ਟੀਚਰ ਕੈਟਸ ਬਾਰੇ ਕੋਈ ਗੱਲ ਕਰ ਰਹੇ ਹੁੰਦੇ ਤੇ ਮੇਰੀ ਫਰਿੰਡਾਂ ਨਾਲ ਬੋਲਦੀਆਂ ਮੈਮ ਮੈਮ ਇਹਦੇ ਨਾਲ ਮੈਂ ਜਸਤਿੰਦਰ ਦੇ ਘਰੇ ਕੈਟਸ ਰੱਖੇ ਮੈਂ ਹੋਰ ਵੀ ਬਹੁਤ ਜਾਨਵਰ ਰੱਖੇ ਹੋਏ ਨੇ। ਅੱਛਾ ਫਿਰ ਤੇਰਾ ਕੀ ਕਹਿੰਦੇ ਵੀ ਇਹਨੂੰ ਪਤਾ ਬਾਹਲੀ ਜਾਣਕਾਰੀ? ਹਾਂਜੀ ਫਿਰ ਤੁਸੀਂ ਦੱਸਦੇ ਹੋ? ਹਾਂਜੀ ਫਿਰ ਟੌਰ ਪੂਰੀ ਟੌਰ ਟੌਰ ਪੁੱਤ ਟੌਰ ਬਣਨੀ ਚਾਹੀਦੀ ਆ ਨਾ ਜੇ ਕੋਈ ਚੰਗਾ ਕੰਮ ਆਪਾਂ ਕਰਦੇ ਹਾਂ ਤੇ ਟੌਰ ਬਣਨੀ ਚਾਹੀਦੀ ਆ ਤੇ ਪੁੱਤ ਜਿਹੜੇ ਤੁਹਾਡੇ ਦੋਸਤ ਮਿੱਤਰ ਹਨਾ ਸਾਡੇ ਬੱਚੀਆਂ ਬੱਚੇ ਹਨਾ ਹੋਣਗੇ ਤੁਹਾਡੇ ਨਾਲ ਪੜ੍ਹਦੇ ਤੇ ਉਹ ਫਿਰ ਕਹਿੰਦੇ ਨਹੀਂ ਵੀ ਸਾਨੂੰ ਵੀ ਪੰਛੀ ਰੱਖਣੇ ਹੁਣ ਤਾਂ ਅਸੀਂ ਕੀ ਕਰਕੇ ਦੱਸ ਦਿੰਦੇ ਉਹਨਾਂ ਨੂੰ? ਐਕਸਾਈਟਡ ਹੁੰਦੇ ਆ ਉਹ ਵੀ ਉਹਦੇ ਪੇਰੈਂਟਸ ਨੂੰ ਜਾ ਕੇ ਦੱਸਦੇ ਉਹਨਾਂ ਦੇ ਘਰੇ ਵੀ ਅਸੀਂ ਵੀ ਲੈਣੇ ਆ ਫਿਰ ਉਹ ਵੀ ਐਂ ਕਰਦੇ ਰਹਿੰਦੇ ਨੇ ਤੇ ਹੋ ਸਕਦਾ ਫਿਰ ਕੋਟੀ ਪੈ ਜਾਂਦੀ ਹੋਣੀ ਆ ਨਾ ਉਹਨਾਂ ਦੇ ਕੋਟਰਾ ਅੱਗੇ ਦੀ ਮੰਮਾ ਵੀ ਨਹੀਂ ਮੰਨਦੇ ਹੈਗੇ ਕਿ ਅਸੀਂ ਰੱਖਣੇ ਹਾਂ ਪੁੱਤ ਇਹ ਵੀ ਵੱਡੇ ਕੰਮ ਦਿਲ ਵਾਲੇ ਕੰਮ ਆ ਹਨਾ ਬਹੁਤ ਪਿਆਰੀ ਬਿੱਲੀ ਆ ਤੇ ਬਹੁਤ ਸੋਹਣੀ ਆ ਹਨਾ ਅੱਜ ਝੱਕ ਜਾਂਦੀ ਆ ਮੇਰੇ ਲਈ ਬੱਚੀ ਆ ਤੇ ਪੁੱਤ ਫਿਰ ਅੱਗੇ ਹੋਰ ਤੁਹਾਡਾ ਕੀ ਹੋਬੀ ਇਸ ਤੋਂ ਬਿਨਾਂ?
ਮਤਲਬ ਕਿਵੇਂ ਮਹੂਰ ਸ਼ੌਂਕ ਕੀ ਕੀ ਰੱਖਦੇ ਹੋ ਤੁਸੀਂ ਆਪ ਬਿੱਲੀਆਂ ਤੋਂ ਬਿਨਾ ਮਤਲਬ ਮੈਂ ਡਰਾਇੰਗ ਕਰ ਲੈਣੀ ਆ ਅੱਛਾ ਡਾਂਸਿੰਗ ਡਾਂਸਿੰਗ ਵੀ ਇੰਗਲਿਸ਼ ਸਿੰਗਿੰਗ ਸਿੰਗਿੰਗ ਵੀ ਕਰਦੇ ਹੋ ਹਾਂਜੀ ਠੀਕ ਆ ਤੇ ਕਿਸ ਦਿਨ ਨਾ ਤਿਆਰੀ ਕਰਿਓ ਫਿਰ ਆਪਾਂ ਪਾਵਾਂਗੇ ਗਾ ਕੇ ਓਕੇ ਠੀਕ ਆ ਨਾ ਤੇ ਠੀਕ ਆ ਬਹੁਤ ਪਿਆਰੀ ਗੱਲ ਆ ਤੇ ਬਹੁਤ ਚੰਗੀ ਗੱਲ ਆ ਹਾਂਜੀ ਤੇ ਦੇਖੋ ਨਾ ਮੋਟੀਵੇਸ਼ਨਲ ਗੱਲਾਂ ਨੇ ਹੈ ਨੰਨਾ ਜਿਹਾ ਬੱਚਾ ਵਾ ਤੇ ਕਹਿ ਸਕਦੇ ਕਿ ਨਵੇਂ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਨਹੀਂ ਪਤਾ ਹੁੰਦੀਆਂ ਵੀ ਕਿਵੇਂ ਡਿਪਰੈਸ਼ਨ ਨੂੰ ਦੂਰ ਕਰਨਾ ਬਹੁਤ ਸਾਰੇ ਬੱਚੇ ਵੀਡੀਓ ਗੇਮ ਖੇਡਦੇ ਹੋ ਤੁਸੀਂ ਜਾਂ ਨਹੀਂ ਸਵਰਗ ਚ ਫਿਰਦੇ ਹੋ ਬਹੁਤ ਲਾਜਵਾਬ ਗੱਲਾਂ ਤੇ ਬਹੁਤ ਪਿਆਰੀਆਂ ਬਿੱਲੀਆਂ ਰੱਬ ਕਰੇ ਤੁਹਾਡੀਆਂ ਬਿੱਲੀਆਂ ਤੰਦਰੁਸਤ ਰਹਿਣ ਤੇ ਲਾਜ ਸੱਚ ਕਿਵੇਂ ਕਰਦੇ ਹੋ ਇਹਨਾਂ ਦਾ ਜੇ ਮੰਨ ਲਓ ਬੁਖਾਰ ਹੋ ਜੇ ਜਾਂ ਕੋਈ ਢਿੱਲੇ ਬੈਠੇ ਤੈਨੂੰ ਪਤਾ ਲੱਗ ਜਾਂਦਾ ਪੁੱਤ ਵੀ ਇਹ ਬੁਖਾਰ ਹੋ ਗਿਆ ਇਹਨੂੰ ਸਾਰੀ ਦੁਨੀਆ ਖੁਸ਼ ਹੋ ਜੇ ਕਿਸੇ ਨੂੰ ਮਤਲਬ ਕਿ ਘਾਟਾ ਨਾ ਹੋਵੇ ਸਾਰੇ ਖੁਸ਼ ਰਹਿਣ ਪੂਰੀ ਦੁਨੀਆ ਦੇਖੋ ਬਹੁਤ ਸਾਰੇ ਲੋਕ ਆਪਦੇ ਦੇ ਪ੍ਰੋਫੈਸ਼ਨ ਚੁਣੇ ਹੁੰਦੇ ਆ ਹਨਾ ਤੇ ਜੋ ਵੱਡਾ ਹੁੰਦਾ ਉਹ ਮਨ ਸਭ ਤੋਂ ਪਹਿਲਾਂ ਤਾਂ ਮਨੁੱਖ ਬਣ ਜਾਈਏ ਆਪਾਂ ਨਾ ਸਿਆਣੇ ਬੰਦੇ ਬਣ ਜਾਈਏ ਇਹ ਵੱਡੀ ਗੱਲ ਆ ਹਨਾ ਤੇ ਸਿਆਣੇ ਬੰਦੇ ਤੁਸੀਂ ਬਣੋ ਬਹੁਤ ਪਿਆਰੇ ਬੱਚੇ ਹੋ ਤੁਸੀਂ ਤੇ ਸਾਡੀਆਂ ਬੈਸਟ ਵਿਸ਼ਿਸ ਤੁਹਾਡੇ ਲਈ ਤੇ ਸ਼ੁਭਕਾਮਨਾਵਾਂ ਜਿਉਂਦੇ ਵੱਸਦੇ ਰਹੋ ਥੈਂਕ ਯੂ ਪੁੱਤਰ ਤੇ ਬਹੁਤ ਚੰਗਾ ਲੱਗਾ ਨਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਮੇਰੀ ਇਹ ਇੰਟਰਵਿਊ ਕਿਸੇ ਬੱਚੇ ਨਾਲ ਪਹਿਲੀ ਵਾਰੀ ਆ ਤੇ ਲਾਜਵਾਬ ਇੰਟਰਵਿਊ ਆ ਤੇ ਮੈਨੂੰ ਲੱਗਦਾ ਵੀ ਦਰਸ਼ਕ ਵੀ ਬਹੁਤ ਪਿਆਰ ਕਰਨਗੇ ਸ਼ੇਅਰ ਕਰਨਗੇ ਕਮੈਂਟ ਕਰਨਗੇ ਤੇ ਉਹ ਵੀ ਬੱਚਿਆਂ ਨੂੰ ਆਪਦੇ ਨੂੰ ਪ੍ਰੇਰਿਤ ਕਰਨਗੇ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਆਪਦੇ ਨਿੱਕੇ ਨਿੱਕੇ ਫਰੈਂਡਸ ਹੋਣਗੇ ਤੁਹਾਡੇ ਜਾਂ ਹੋਰ ਵੀ ਦੁਨੀਆ 'ਚ ਆਪਾਂ ਨੂੰ ਦਰਸ਼ਕ ਦੇਖ ਰਹੇ ਨੇ ਭਾਵੇਂ ਜ਼ਿੰਦਗੀ 'ਚ ਕੁਛ ਵੀ ਹੋ ਜੇ ਜੀ ਮਤਲਬ ਕੁਛ ਆਪਾਂ ਨੂੰ ਮਤਲਬ ਕਿ ਆਪਾਂ ਫੇਲ ਹੋ ਜਾਈਏ ਨੰਬਰ ਘੱਟ ਆ ਗਏ ਜਾਂ ਆਪਣੇ ਨਾਲ ਕੁਛ ਭੈੜੀ ਦੁਰਘਟਨਾ ਕਟੀ ਤੇ ਟੈਨਸ਼ਨ ਨਹੀਂ ਲੈਣੀ ਚਾਹੀਦੀ ਇਹੋ ਜਿਹਾ ਸੋਚੋ ਕਿ ਉਹ ਦੁਬਾਰਾ ਹੋਵੇ ਹੀ ਨਾ ਹਾਂ ਸੁਧਾਰ ਕਰ ਲਓ ਹਨਾ ਹਾਂਜੀ ਬਸ ਉਹ ਹੋਵੇ ਹੀ ਨਾ ਤੇ ਆਪਾਂ ਹੋਰ ਉਦੋਂ ਬਣਾਈਏ ਮਤਲਬ ਕਿ ਤਕੜੇ ਬਣੀਏ ਤੇ ਲਾਜਵਾਬ ਗੱਲਾਂ ਬਾਈ ਦਰਸ਼ਕੋ ਧੰਨਵਾਦ ਪੁੱਤਰ ਤੇਰਾ ਵੀ ਧੰਨਵਾਦ ਤੇ ਥੈਂਕ ਯੂ ਆ